ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਜ਼ਰੂਰਤੇ ਨੂੰ ਜੀ ਆਇਆਂ ਨੂੰ ਇਰਾਨ-ਪਾਕਿਸਤਾਨ ਸਰਹੱਦ ਤੇ ਚੜਪਛਈ ਇਰਾਨ ਦੇ ਸਰਹੱਦ ਦੀ ਗਾਰ ਦੀ ਮੌਤ ਹੈ ਵੱਡੀ ਖਬਰ ਆ ਚੁੱਕੀ ਹੈ ਖਬਰ ਨਿਸ਼ਚਿਤ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਦੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਾਕਿਸਤਾਨ ਦੀ ਸਰਹੱਦ ਨੇੜੇ ਇਰਾਨ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਕਨਪਛਾਤੇ ਹਥਿਆਰਬੰਦ ਸਮੂਹ ਨਾਲ ਚੜਪਚੇ ਇਰਾਨ ਦੀ ਸਰਹੱਦ ਦੀ ਗਾਰ ਮਾਰੇ ਗਏ ਸਰਕਾਰੀ ਟੀਵੀ ਦੀ ਰਿਪੋਰਟ ਜੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਰਿਪੋਰਟ ਮੁਤਾਬਕ ਇਹ ਝੜਪ ਆਸਥਾਨੀ ਤਹਿਰਾਨ ਤੋਂ ਕਰੀਬ 1360 ਕਿਲੋਮੀਟਰ ਦੱਖਣ ਪੂਰਬ ਚ ਸਿਸਤਾਨ ਅਤੇ ਬੋਲੀਸਤਾਨ ਦੇ ਦੱਖਣ ਪੱਛਮ ਦੱਖਣ ਪੂਰਬੀ ਸੂਬੇ ਦੇ ਸਰਵਾਨ ਸ਼ਹਿਰ ਚ ਹੋਈ ਉਹਨਾਂ ਦੱਸਿਆ ਹੈ ਕਿ ਝੜਪ ਚ ਆਨਪਛਾਤੇ ਹਮਲਾਵਾਰ ਵੀ ਜ਼ਖਮੀ ਹੋ ਗਏ ਅਤੇ ਉਹ ਫਰਾਰ ਹੋ ਗਏ ਹਾਲਾਂਕਿ ਇਸ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਟੇਵੇ ਰਿਪੋਰਟਾਂ ਮੁਤਾਬਿਕ ਝੜਪ ਦੌਰਾਨ ਦੋ ਇਰਾਨੀ ਸਰਦ ਦੀ ਗਾੜ ਵੀ ਜ਼ਖਮੀ ਹੋਏ ਹਨ ਇਸ ਹਮਲੇ ਤੋਂ ਬਾਅਦ ਨਾ ਤਾਂ ਇਰਾਨ ਨੇ ਕਿਸੇ ਤੇ ਦੋਸ਼ ਲਾਇਆ ਤੇ ਨਾ ਹੀ ਕਿਸੇ ਸਮੂਹ ਨੇ ਹਜੇ ਤੱਕ ਇਸ ਦੀ ਜ਼ਿੰਮੇਵਾਰੀ ਲਈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ